पाकिस्तान के एक ऐसे अखाड़े के अंदर लेकर आए हैं जिसका साइज सिर्फ और सिर्फ डेढ़ मरला है, और इस डेढ़ मरला से पाकिस्तान के मुख्तलिफ अदारों के अंदर ये अपनी खिदमात सर अंजाम दे रहे हैं। मेरे साथ इनके उस्ताद मोहतरम मौजूद हैं, आइए इनसे बात करते हैं। तुसी गेम का आगाज़ किदों कीता? तुसी भी किसी अदारे की तरफों खेल रहे हो या अपना ही शौक इतने पूरा कर रहे हो? मैं तकरीबन 15-16 साल हो गए, 20 साल, 6 साल तो लैके 10 साल तक बच्चे की उम्र होनी चाहिए जिहड़ा सिखेगा हाई लेवल तक पहुँच सकता। देसी खुराक चाहिए, जी देसी खुराक लवानी, जो गरीब लोग ही करते हैं, अमीर नहीं करते। अस्सलाम वालेकुम। वालेकुम सलाम जी। ਤਾਂ ਜੀ ਕੀ ਹਾਲ ਚਾਲ? ਅੱਲਾ ਦਾ ਕਰਮ ਜੀ, ਖੈਰ ਹੈ। ਤਾਂ ਜੀ ਸਭ ਤੋਂ ਪਹਿਲੇ ਤਾਂ ਇਹ ਦੱਸੋ ਕਿ ਤੁਸੀਂ ਗੇਮ ਦਾ ਆਗਾਜ਼ ਕਦੋਂ ਕੀਤਾ? ਮੈਨੂੰ ਤਕਰੀਬਨ 15-16 ਸਾਲ ਹੋ ਗਏ, 20 ਸਾਲ। ਤੇ ਤੁਹਾਡੀ ਤਕਰੀਬਨ ਉਸ ਟਾਈਮ ਉਮਰ ਕਿੰਨੀ ਸੀਗੀ? ਮੈਂ ਉਸ ਟਾਈਮ ਮੇਰੀ ਉਮਰ ਸੀ 8-9 ਸਾਲ। ਸਹੀ। ਅੱਛਾ ਉਸਤਾਦ ਜੀ, ਇਹ ਦੱਸੋ ਕਿ ਤੁਹਾਨੂੰ ਸ਼ੌਕ ਕਿਸ ਤਰ੍ਹਾਂ ਪੈਦਾ ਆਇਆ? ਮੇਰੇ ਵਾਲ ਸਾਹਿਬ ਪਹਿਲੇ ਭਲਵਾਨ ਸੀ, ਉਸ ਤੋਂ ਬਾਅਦ ਫਿਰ ਮੈਨੂੰ ਸ਼ੌਕ ਪੈ ਗਿਆ। ਤੇ ਸਰ ਇਹ ਦੱਸੋ ਕਿ ਤੁਸੀਂ ਵੀ ਕਿਸੇ ਅਦਾਰੇ ਦੀ ਤਰਫੋਂ ਖੇਡ ਰਹੇ ਹੋ ਜਾਂ ਆਪਣਾ ਹੀ ਸ਼ੌਕ ਇੱਥੇ ਪੂਰਾ ਕਰਦੇ ਹੋ? ਆਰਮੀ ਤਰਫੋਂ। ਤੇ ਆਰਮੀ ਦੇ ਤਕਰੀਬਨ ਕਿੰਨਾ ਟਾਈਮ ਤੁਹਾਨੂੰ ਹੋ ਗਿਆ ਇਹ ਜੋਬ ਕਰਦੇ ਹੋਏ? 16 ਸਾਲ ਹੋ ਗਏ ਤਕਰੀਬਨ। ਇਹ ਸਰ ਇਹ ਦੱਸੋ ਕਿ ਤੁਹਾਡੀ ਇੱਥੇ ਡਿਊਟੀ ਕੀ ਹੁੰਦੀ ਆ, ਕਿੰਨਾ ਟਾਈਮ ਤੁਸੀਂ ਉੱਥੇ ਗੁਜ਼ਾਰਦੇ ਹੋ, ਕਿੰਨਾ ਟਾਈਮ ਤੁਸੀਂ ਇੱਥੇ ਗੁਜ਼ਾਰਦੇ ਹੋ? ਡਿਊਟੀ ਮੁਕਾਬਲੇ ਜਦੋਂ ਉਸ ਟਾਈਮ ਜਾਂਦੇ ਹੋ, ਮੁਕਾਬਲੇ ਤੋਂ ਬਗੈਰ ਅਸੀਂ ਨਹੀਂ ਜਾਂਦੇ ਉੱਥੇ, ਆਪਾਂ ਮੁਕਾਬਲੇ ਖੇਲਣ ਜਾਂਦੇ ਹਾਂ। ਅੱਛਾ ਉਸਤਾਦ ਜੀ, ਇਹ ਦੱਸੋ ਕਿ ਇੱਕ ਪਹਿਲਵਾਨ, ਜਿਹੜਾ ਅੱਛਾ ਪਹਿਲਵਾਨ, ਉਹਨੂੰ ਬਣਨ ਵਾਸਤੇ ਕਿੰਨਾ ਤਕਰੀਬਨ ਟਾਈਮ ਲੱਗ ਜਾਂਦਾ? 10-12 ਸਾਲ ਲੱਗਦੇ ਨੇ। 10-12 ਸਾਲ ਦੇ ਅੰਦਰ ਤਿਆਰ ਹੁੰਦਾ? ਹਾਂਜੀ, 10-12 ਬੱਚਾ 5-6 ਸਾਲ ਤੋਂ ਸ਼ੁਰੂ ਕਰਾਂਗੇ ਨੇ, ਤਾਂ ਤਕਰੀਬਨ ਜਦੋਂ 17-18-20 ਸਾਲ ਦਾ ਹੋਏਗਾ ਉਦੋਂ ਤੱਕ ਉਹ ਤਿਆਰ ਹੋਏਗਾ। ਉਸਤਾਦ ਜੀ, ਇਹ ਦੱਸੋ ਕਿ ਉਮਰ ਕਿੰਨੀ ਹੋਣੀ ਚਾਹੀਦੀ ਜਿਸ ਟਾਈਮ ਕਿ ਬੱਚਾ ਜਿਹੜਾ ਵਾ ਉਸ ਇਸ ਗੇਮ ਨੂੰ ਸਟਾਰਟ ਕਰੇ ਔਰ ਇਸ ਗੇਮ ਨੂੰ ਸਟਾਰਟ ਕਰਕੇ ਇੱਕ ਅੱਛਾ ਪਹਿਲਵਾਨ ਬਣ ਜਾਵੇ? 6 ਸਾਲ ਤੋਂ ਲੈ ਕੇ 10 ਸਾਲ ਤੱਕ ਬੱਚੇ ਦੀ ਉਮਰ ਹੋਣੀ ਚਾਹੀਦੀ ਜਿਹੜਾ ਸਿੱਖੇਗਾ ਉਹ ਹਾਈ ਲੈਵਲ 'ਤੇ ਪਹੁੰਚ ਸਕਦਾ। ਸਰ ਇਹ ਦੱਸੋ ਕਿ ਕਿਆ ਗਰੀਬ ਘਰਾਣੇ ਦਾ ਬੱਚਾ ਵੀ ਇਹ ਇਸ ਗੇਮ 'ਤੇ ਚਾਹ ਸਕਦਾ? ਭਲਵਾਨੀ ਜਿਹੜੇ ਗਰੀਬ ਲੋਕ ਹੀ ਕਰਦੇ ਨੇ, ਅਮੀਰ ਨਹੀਂ ਕਰਦੇ। ਗਰੀਬ ਕਿਉਂਕਿ ਗਰੀਬ ਅਮੀਰ ਜਿਹੜਾ ਹੋਏਗਾ ਉਹ ਮਾਰ ਨਹੀਂ ਖਾਏਗਾ, ਉਹ ਤੰਗੀ ਨਹੀਂ ਚੱਲਦਾ। ਗਰੀਬ ਬੰਦਾ ਜਿਹੜਾ ਹੋਏਗਾ ਉਹ ਮਿਹਨਤ ਮਜ਼ਦੂਰੀ ਕਰਦਾ, ਉਹ ਤੰਗੀ ਜਿਹੜੀ ਚੱਲ ਜਾਂਦਾ। ਅੱਛਾ ਉਸਤਾਦ ਜੀ, ਇਹ ਦੱਸੋ ਕਿ ਇਹਦੇ ਵਾਸਤੇ ਖੁਰਾਕ ਕਿਹੜੀ ਕਿਹੜੀ ਚਾਹੀਦੀ ਹੈ ਮਜ਼ਬੂਤ ਪਹਿਲਵਾਨ ਬਣਨ ਵਾਸਤੇ? ਦੇਸੀ ਖੁਰਾਕ ਚਾਹੀਦੀ ਹੈ, ਜਿਹੜੀ ਦੇਸੀ ਖੁਰਾਕ ਹੈ ਸਾਡੀ, ਦੇਸੀ ਘਿਓ ਹੋ ਗਿਆ, ਗੋਸ਼ਤ ਹੋ ਗਿਆ, ਦੁੱਧ ਹੋ ਗਿਆ। ਅਤੇ ਇਹਦੇ 'ਚ ਗੋਸ਼ਤ ਤੁਸੀਂ ਕਿਹੜਾ ਇਸਤੇਮਾਲ ਕਰਦੇ ਹੋ? ਗੋਸ਼ਤ ਵੱਡਾ ਗੋਸ਼ਤ ਹੁੰਦਾ, ਬੱਕਰੇ ਦਾ ਹੁੰਦਾ ਜਾਂ ਦੇਸੀ ਚੂਚੇ ਦਾ ਹੁੰਦਾ, ਮੁਰਗਾ ਬਹੁਤ ਘੱਟ ਖਾਂਦੇ। ਅੱਛਾ ਇਹ ਦੱਸੋ ਕਿ ਕਿਤਨੇ ਤੁਹਾਡੇ ਕੋਲ ਸ਼ਗਿਰਦ ਆ ਜਿਹੜੇ ਕਿ ਇਸ ਟਾਈਮ ਕੰਮ ਤੁਹਾਡੇ ਕੋਲ ਗੇਮ ਕਰ ਰਹੇ ਨੇ? 15-16 ਲੜਕੇ ਨੇ। ਇਹ ਆਪਣੇ ਇੱਥੇ ਮੁਕਾਮੀ ਆ, ਇੱਥੋਂ ਦੇ ਰਹਿਣ ਵਾਲੇ ਜਾਂ ਬਾਹਰੋਂ ਵੀ ਕੋਈ ਲੜਕਾ ਆਏ ਨੇ? ਨਾਲ ਪਿੰਡਾਂ ਦੇ ਆਏ ਨੇ। ਅੱਛਾ, ਨਾਲ। ਹਾਂਜੀ, 9 ਸਾਲ ਦੇ ਨਾਲ ਮੇਰੇ 10 ਚੱਕ ਉਸ ਬੰਨੇ ਢਿਲਵੇਂ ਦੇ ਨੇ, 3-4 ਪਿੰਡਾਂ ਦੇ ਲੜਕੇ ਇੱਥੇ ਆਉਂਦੇ ਨੇ ਮੇਰੇ ਕੋਲ। ਸਾਜੀ, ਇਹ ਦੱਸੋ ਕਿ ਇੱਕ ਛੋਟਾ ਜਿਹਾ ਅਖਾੜਾ ਤੁਸੀਂ ਬਣਾਇਆ, ਇਸ ਛੋਟੇ ਜਿਹੇ ਅਖਾੜੇ ਦੇ ਵਿੱਚੋਂ ਲੜਕੇ ਕਿਹੜੇ ਕਿਹੜੇ ਅਦਾਰਿਆਂ ਦੇ ਇਸ ਟਾਈਮ ਆਪਣੀ ਖਿਦਮਾਤ ਦੇ ਰਹੇ ਨੇ? ਲੜਕੇ ਸਾਡੇ ਆਰਮੀ ਦੇ ਵਿੱਚ ਨੇ ਸਾਰੇ, ਆਰਮੀ 'ਚ। ਅਤੇ ਇਹ ਜਿਹੜੇ ਆਪਣੇ ਕੋਲ ਇਸ ਟਾਈਮ ਮੌਜੂਦ ਨੇ, ਇਹਨਾਂ ਦੇ 'ਚੋਂ ਕਿੰਨੇ ਲੜਕੇ ਆਰਮੀ ਦੇ 'ਚ ਹੈਗੇ? 4 ਲੜਕੇ ਆਰਮੀ 'ਚ ਨੇ ਇੱਥੇ ਮੌਜੂਦ ਨੇ, ਜਿਹੜੇ ਹੁਣ ਔਨ ਡਿਊਟੀ ਹੈ, ਔਨ ਡਿਊਟੀ ਨੇ। ਅੱਛਾ ਸਾਹ ਜੀ, ਇਹ ਦੱਸੋ ਕਿ ਕੋਈ ਕਦੀ ਇਸ ਤਰ੍ਹਾਂ ਵੀ ਹੋਇਆ ਕਿ ਕਦੀ ਕੋਈ ਤੁਹਾਨੂੰ ਖੇਲਦੇ ਆ ਕੋਈ ਸੱਟ ਸੱਟ ਲੱਗ ਗਿਆ ਅੱਗੇ ਹੋਵੇ, ਤੁਸੀਂ ਕਹੋ ਕਿ ਯਾਰ ਦਫਾ ਕਰੋ ਇਸ ਗੇਮ ਨੂੰ? 60 ਫਿਟ ਤਾਂ ਲੱਗਦੀ, ਅਸੀਂ ਹੌਸਲਾ ਨਹੀਂ ਛੱਡਦੇ, ਬਚਪਨ ਤੋਂ ਇਸ ਗੇਮ 'ਚ ਬੜੇ ਹੁੰਦੇ, ਸਾਨੂੰ ਪਤਾ 60 ਜਿਹੜੀ ਲੱਗਦੀ ਉਹਨੂੰ ਕਵਰ ਕਿਸ ਤਰ੍ਹਾਂ ਕਰਨਾ। ਅੱਛਾ ਉਸਤਾਦ ਜੀ, ਇਹ ਦੱਸੋ ਕਿ ਜਿਹੜੇ ਬੱਚੇ ਤੁਹਾਡੇ ਕੋਲ ਆਉਂਦੇ ਆ, ਇਹ ਖੁਦ ਆਉਂਦੇ ਆ ਜਾਂ ਇਹਨਾਂ ਦੇ ਵਾਲਦੇ ਨੂੰ ਸ਼ੌਕ ਨਾਲ ਇਹਨਾਂ ਨੂੰ ਛੱਡ ਕੇ ਜਾਂਦੇ? ਇਹਨਾਂ ਦੇ ਵਾਲਦਿਆਂ ਨੂੰ ਸ਼ੌਕ ਹੁੰਦਾ ਤਾਂ ਆਉਂਦੇ ਨੇ, ਬੱਚੇ ਨੂੰ ਖੁਦ ਹੀ ਸ਼ੌਕ ਹੁੰਦਾ, ਪਿੱਛੋਂ ਵਾਲਦਿਆਂ ਨੂੰ ਵੀ ਸ਼ੌਕ ਹੋਵੇ ਨਾ, ਸਾਡਾ ਬੱਚਾ ਭਲਵਾਨੀ ਕਰਦਾ, ਫਿਰ ਉਹ ਵਾਲਦਿਆਂ ਨੂੰ ਖੁਰਾਕ ਦਿੰਦਾ। ਵਾਲਦਿਆਂ ਨੂੰ ਸ਼ੌਕ ਹੋਏਗਾ ਤਾਂ ਉਹ ਕਰਨਾ ਆਏਗਾ, ਜੇ ਇੱਥੇ ਜਾ ਕੇ ਘਰੇ ਉਹਨੂੰ ਕੋਈ ਖਾਣ ਨੂੰ ਨਹੀਂ ਮਿਲਣਾ ਤਾਂ ਫਿਰ ਉਹ ਨਹੀਂ ਆਏਗਾ। ਅੱਛਾ ਉਸਤਾਦ ਜੀ, ਇਹ ਦੱਸੋ ਕਿ ਇਸ ਟਾਈਮ ਪਾਕਿਸਤਾਨ ਦੇ ਕਿਹੜੇ ਨਾਮਵਰ ਜਿਹੜੇ ਵਾ ਪਹਿਲਵਾਨ ਜਿਨ੍ਹਾਂ ਦੇ ਨਾਲ ਤੁਸੀਂ ਮੁਕਾਬਲਾ ਕੀਤਾ ਔਰ ਉਸ ਮੁਕਾਬਲੇ ਤੁਸੀਂ ਵਿਨ ਕੀਤਾ? ਮੇਰੇ ਇੱਕ ਤਾਰੀ ਭਲਵਾਨ ਨੇ ਲਾਹੌਰ ਦਾ, ਉਹਦਾ ਨਾਲ ਮੁਕਾਬਲਾ ਹੋਇਆ ਸੀ, ਪਾਕਿਸਤਾਨ ਦਾ ਟਾਪ ਦੇ ਭਲਵਾਨਾਂ ਦਾ ਕਸੂਰ, ਮੇਰੀ ਕੁਸ਼ਤੀ ਹੋਈ ਸੀ, ਉਹਨੂੰ ਉੱਥੇ ਜਿੱਤਿਆਂ ਦਾ ਕੁਸ਼ਤੀ, ਮੋਟਰਸਾਈਕਲ ਦਾ ਨਾਮ ਸੀ ਸ਼ਾਨ ਵਲਦਾੜ ਹੈ ਬਾਬਲਪੁਰ ਦਾ, ਉਹਦੇ ਨਾਲ ਹੋਈ ਸੀ ਕੁਸ਼ਤੀ ਮੇਰੀ। ਮਾਲੂ ਭਲਵਾਨ ਨੇ ਵੱਡਾ ਲਾਹੌਰ ਦਾ, ਉਹਦੇ ਨਾਲ ਮੇਰੀ ਕੁਸ਼ਤੀ ਹੋਈ ਸੀ, ਉਹਨੂੰ ਮੈਂ ਜਿੱਤਿਆ ਉਹ ਵੀ ਟਾਪ ਦਾ ਭਲਵਾਨ। ਅੱਛਾ ਇਹ ਉਸਤਾਦ ਜੀ, ਇਹ ਦੱਸੋ ਕਿ ਇਸ ਪਹਿਲਵਾਨੀ ਦੇ ਵਿੱਚ ਤੁਸੀਂ ਲੜਦੇ ਹੋ ਕਿ ਮਹੱਲੇ 'ਚ ਵੀ ਕੋਈ ਲੜ ਲੁੜ ਪਵੇ ਤਾਂ ਉਹਨੂੰ ਵੀ ਕੁੱਟ ਦਿੰਦੇ? ਨਹੀਂ ਨਹੀਂ, ਉਹ ਲੜਨ ਵਾਲਾ ਕੰਮ ਨਹੀਂ ਕਰਦੇ।
ਯਾਨੀ ਕਿ ਸਿਰਫ ਪਹਿਲਵਾਨੀ ਸਿਰਫ ਪਹਿਲਵਾਨੀ ਕਰਨੇ ਬਸ ਤੇ ਮਾਸ਼ਾਅੱਲਾ ਜਿੰਨਾ ਮਾਸ਼ਾਅੱਲਾ ਤੁਹਾਡਾ ਜਿਸਮ ਅੱਲਾਹ ਤਾਲਾ ਤੁਹਾਨੂੰ ਸਿਹਤ ਤੋਂ ਤੰਦਰੁਸਤੀ ਦੇਵੇ ਲੋਕ ਵੇਖ ਕੇ ਡਰਦੇ ਡਰਦੇ ਵੀ ਆ ਕੇ ਕੋਈ ਨਹੀਂ ਡਰਦੇ ਨਹੀਂ ਡਰਦੇ ਨਹੀਂ ਪਤਾ ਭਲਵਾਨ ਨੇ ਭਲਵਾਨ ਲੜਦੇ ਨਹੀਂ ਹੁੰਦੇ ਉਸਤਾਦ ਜੀ ਇਹ ਦੱਸੋ ਕਿ ਜਿਹੜੇ ਲੋਕ ਇਸ ਟਾਈਮ ਕਿਸੇ ਵੀ ਗੇਮ ਦੇ ਵਿੱਚ ਨਹੀਂ ਆਉਂਦੇ ਔਰ ਤੁਸੀਂ ਦੇਖ ਸਕਦੇ ਹੋ ਕਿ ਹੁਣ ਵਕਤ ਬਦਲ ਗਿਆ ਮੋਬਾਈਲ ਦਾ ਦੌਰ ਆ ਗਿਆ ਆ ਬੱਚੇ ਜਿਹੜੇ ਜ਼ਿਆਦਾਤਰ ਖੇਲਾਂ ਵੱਲ ਨਹੀਂ ਤਵੱਜੋ ਦਿੰਦੇ ਜ਼ਿਆਦਾਤਰ ਮੋਬਾਈਲਾਂ ਦੀ ਤਰਫ ਦਿੰਦੇ ਜਾਂ ਦੂਸਰੀ ਐਕਟੀਵਿਟੀਜ਼ ਦੇ ਦਿੰਦੇ ਉਹਨਾਂ ਨੂੰ ਕੀ ਪੈਗਾਮ ਦੇਣਾ ਚਾਹੋ ਪੈਗਾਮ ਇਹ ਦੇਣਾ ਗੇਮ ਕਰਨੀ ਚਾਹੀਦੀ ਗੇਮ ਜਿਹੜੀ ਵੀ ਕਰਨ ਗੇਮ ਦੇ ਬੜੇ ਫਾਇਦੇ ਨੇ ਇੱਕ ਤਾਂ ਬੰਦੇ ਦੀ ਆਪਣੀ ਜਾਨ ਠੀਕ ਰਹਿੰਦੀ ਫਿੱਟ ਰਹਿੰਦੀ ਦੂਸਰਾ ਉਸ ਤੋਂ ਬਾਅਦ ਕਈਆਂ ਬੰਦਾ ਬਿਮਾਰੀਆਂ ਤੋਂ ਬਚਦਾ ਨਸ਼ੇ ਤੋਂ ਹਰ ਚੀਜ਼ ਤੋਂ ਬੰਦਾ ਗੰਦੇ ਬੁਰੀਆਂ ਚੀਜ਼ਾਂ ਤੋਂ ਬੰਦਾ ਪਾਕ ਸਾਫ਼ ਰਹਿੰਦਾ ਉਸਤਾਦ ਜੀ ਇਹਦੇ 'ਚ ਇਹ ਦੱਸੋ ਵੀ ਇਹਦੀ ਨੌਕਰੀ ਲੈਣ ਵਾਸਤੇ ਤਾਲੀਮ ਦਾ ਹੋਣਾ ਵੀ ਜ਼ਰੂਰੀ ਹੁੰਦਾ ਨਹੀਂ ਤਾਲੀਮ ਨਹੀਂ ਤਾਲੀਮ ਬੁਰੀ ਹਾਂ ਗੇਮ ਅੱਛੀ ਹੋਵੇ ਮਹਿਕਮਾ ਖੁਦ ਬੁੱਕ ਕਰਵਾਉਣ ਕੇ ਲੈ ਕੇ ਜਾਏਗਾ ਲਾਸਟ 'ਤੇ ਕੀ ਪੈਗਾਮ ਦੇਣਾ ਚਾਹੋਗੇ ਵਾਲਦਿਆਂ ਵਾਸਤੇ ਬਸ ਆਪਣੇ ਬੱਚਿਆਂ ਨੂੰ ਗੇਮ ਕਰਵਾਉਣ ਜਿਹੜੀ ਵੀ ਕਰਵਾਉਣ ਗੇਮ ਕਰਵਾਉਣ ਮਤਲਬ ਗੇਮ ਬੜੇ ਬੁਰੀਆਂ ਚੀਜ਼ਾਂ ਤੋਂ ਰੋਕਦੀ ਹੈ ਗੇਮ ਫਿਰ ਕਈ ਬੱਚੇ ਨੂੰ 12-12 14-14 ਪੜ੍ਹੇ ਨੂੰ ਨੌਕਰੀ ਨਹੀਂ ਵੀ ਲੋਕਾਂ ਨੂੰ ਮਿਲਦੀਆਂ ਇਹ ਗੇਮ ਵਿੱਚ ਬੰਦਾ ਆ ਜਾਏਗਾ ਇੱਥੇ ਬੰਦਾ ਮਾੜੀ ਮੋਟੀ ਵੀ ਗੇਮ ਕਰਨ ਜਾਊਗਾ ਹੋ ਜਾਏਗਾ ਨਾ ਤਾਂ ਬੰਦਾ ਕਿਸੇ ਨਾ ਕਿਸੇ ਮਹਿਕਮੇ 'ਚ ਨੌਕਰੀ ਲੱਗ ਜਾਏਗਾ ਅਤੇ ਉਸਤਾਦ ਜੀ ਇਹ ਦੱਸੋ ਕਿ ਅਗਰ ਕੋਈ ਇੱਥੇ ਆਉਣਾ ਚਾਹੇ ਤਾਂ ਟਾਈਮ ਟੇਬਲ ਕੀ ਹੁੰਦਾ ਹੈ ਟਾਈਮ ਟੇਬਲ ਸ਼ਾਮੀ 4:30 ਅਸੀਂ ਇੱਥੇ ਗਰਾਊਂਡ 'ਚ ਆ ਜਾਂਦੇ ਹਾਂ ਹਾਂਜੀ ਅਤੇ ਸ਼ਾਮ ਕਿੰਨੇ ਵਜੇ ਤੱਕ ਸ਼ਾਮੀ ਅਸੀਂ ਤਕਰੀਬਨ ਪਹਿਲੇ ਚਲੇ ਜਾਂਦੇ ਮਗਰਬ ਤੋਂ ਘੰਟਾ ਬਾਅਦ ਤਕਰੀਬਨ ਚਲੇ ਜਾਂਦੇ ਬਹੁਤ ਸ਼ੁਕਰੀਆ ਨਾਜ਼ਰੀਨ ਨਦੀਮ ਭੱਟੀ ਸਾਹਿਬ ਹਮਾਰੇ ਸਾਥ ਮੌਜੂਦ ਥੇ ਇਹ ਇਸ ਵਕਤ ਪਾਕਿਸਤਾਨ ਆਰਮੀ ਕੇ ਅੰਦਰ ਇਸੀ ਅਖਾੜੇ ਸੇ ਇਹ ਗੇਮ ਸੀਖ ਕਰ ਔਰ ਆਜ ਪਾਕਿਸਤਾਨ ਆਰਮੀ ਕੇ ਅੰਦਰ ਇਹ ਆਪਣੀ ਖਿਦਮਾਤ ਸਰ ਅੰਜਾਮ ਦੇ ਰਹੇ ਹੈ ਨਾ ਸਿਰਫ ਇਹ ਬਲਕਿ ਇਨਕੇ ਬਹੁਤ ਸਾਰੇ ਜੋ ਸ਼ਾਗਿਰਦ ਹੈ ਇਹ ਪਾਕਿਸਤਾਨ ਆਰਮੀ ਔਰ ਪਾਕਿਸਤਾਨ ਕੇ ਜੋ ਮੁਖਤਲਿਫ ਅਦਾਰੇ ਹੈ ਉਨਕੇ ਅੰਦਰ ਆਪਣੀ ਖਿਦਮਾਤ ਸਰ ਅੰਜਾਮ ਦੇ ਰਹੇ ਹੈ ਮਿਲੇਂਗੇ ਇੱਕ ਨਈ ਸਟੋਰੀ ਕੇ ਸਾਥ ਆਪਣਾ ਬਹੁਤ ਸਾਰਾ ਖਿਆਲ ਰੱਖੀਏਗਾ ਅੱਲਾ ਹਾਫਿਜ਼